ਹੁਸ਼ਿਆਰਪੁਰ ਦੀ ਮਕੇਰੀਆ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਨਾਲ ਹੀ 20 ਚੋਰੀ ਦੇ ਵਾਹਨ ਵੀ ਬਰਾਮਦ ਕੀਤੇ ਗਏ ਹਨ। ਇਹ ਲੋਕ ਚੰਡੀਗੜ੍ਹ, ਮੋਹਾਲੀ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ ਤੋਂ ਵਾਹਨ ਚੋਰੀ ਕਰਕੇ ਵੇਚਦੇ ਸਨ ਅਤੇ ਨਾਲ ਹੀ ਉਹਨਾਂ ਦੇ ਜਾਲੀ ਕਾਗਜ਼ਾਤ ਵੀ ਤਿਆਰ ਕਰਕੇ ਮਾਰਕੀਟ ਵਿੱਚ ਭੇਜ ਦਿੰਦੇ ਸਨ। ਫਿਲਹਾਲ ਇਹਨਾਂ ਖਿਲਾਫ਼ ਮਾਮਲਾ ਦਰਜ ਕਰਕੇ ਪੁੱਛਗਿੱਛ ਜਾਰੀ ਹੈ। ਡੀਐਸਪੀ ਸ਼੍ਰੀ ਰਵਿੰਦਰ ਸਿੰਘ ਔਰ ਐਸਐਚਓ ਕਰਨੈਲ ਸਿੰਘ ਵੱਲੋਂ ਇਹ ਬੜੀ ਅਚੀਵਮੈਂਟ ਕੀਤੀ ਹੈ। 4 ਮੋਟਰਸਾਈਕਲ ਦੀ ਚੋਰ ਨੂੰ ਪਕੜਿਆ ਗਿਆ ਹੈ। ਇਹ ਸਾਡੇ ਪੁਲਿਸ ਨੂੰ ਤਾਲਾ ਮਿਲਣ ਤੋਂ ਪਕੜਿਆ ਗਿਆ ਹੈ। ਇਹਦੇ ਵਿੱਚੋਂ ਕਮ ਸੇ ਕਮ 6 ਬੁਲਟ ਮੋਟਰਸਾਈਕਲ, 4 ਸਪਲੈਂਡਰ ਗਲੈਮਰ ਮੋਟਰਸਾਈਕਲ, ਪੈਸ਼ਨ ਡਿਸਕਵਰ ਮੋਟਰਸਾਈਕਲ, ਸਕੂਟੀ, ਐਕਟਿਵਾ ਮਿਲੀ ਹੈ। ਇਹਨਾਂ ਦਾ ਤਰੀਕੇ ਇਹੀ ਹੈ, ਇਹਨਾਂ ਦੇ ਡੁਪਲੀਕੇਟ ਚਾਬੀਆਂ ਬਣਾ ਕੇ ਜਿੱਥੇ ਲੋਕ ਜ਼ਿਆਦਾ ਹੁੰਦੇ ਹੈ, ਕਰਾਊਡ ਜ਼ਿਆਦਾ ਹੁੰਦੇ ਹੈ, ਉੱਥੋਂ ਨਿਕਲਤੇ ਹੈ ਮੋਟਰਸਾਈਕਲ, ਫਿਰ ਆ ਕੇ ਉਹਦਾ ਨੰਬਰ ਪਲੇਟ ਚੇਂਜ ਕਰਵਾ ਦਿੰਦੇ ਹੈ, ਫਿਰ ਜਾਲੀ ਡਾਕੂਮੈਂਟ ਬਣਾ ਕੇ ਲੋਕਾਂ ਨੂੰ ਵੇਚਦੇ ਹੈ, ਸਸਤਾ ਮੈਂ ਵੇਚਦੇ ਹੈ। ਫਿਰ ਉਹਨਾਂ ਨੂੰ ਇਹ ਵੀ ਵਿਸ਼ਵਾਸ ਦੇਤੇ ਹੈ, ਇਹ ਮੋਟਰਸਾਈਕਲ ਅਸੀਂ ਫਾਈਨਾਂਸ ਕੰਪਨੀ ਤੋਂ ਲਈਏ। ਸੋ ਲੋਕ ਕਾ ਵੀ ਜ਼ਿਆਦਾ ਸ਼ੱਕ ਫਾਇਦਾ ਨਹੀਂ ਹੋਤੀ ਹੈ, ਕਿਉਂਕਿ ਕਈ ਵਾਰ ਫਾਈਨਾਂਸ ਕੰਪਨੀ ਜੋ ਬਾਊਂਡ ਕਰਦੇ ਹੈ ਮੋਟਰਸਾਈਕਲ ਨੂੰ। ਸੋ ਇਸ ਤਰੀਕੇ ਨਾਲ ਇਹਨਾਂ ਦਾ ਮੋਡਸ ਆਪਰੈਂਡੀ ਚੱਲਦੇ ਹੈ। ਇਹਨਾਂ ਨੇ ਕਾਫੀ ਵਾਰਦਾਤਾਂ ਚੋਰੀਆਂ ਚੰਡੀਗੜ੍ਹ, ਮੋਹਾਲੀ, ਗੁਰਦਾਸਪੁਰ ਆਪਣੇ ਇਲਾਕਾ ਮੇਂ ਕੀਤੀ ਹੈ। ਉਹਨਾਂ ਆਪਣੇ ਮੁਖੇਰੀਆਂ ਪੁਲਿਸ ਵੱਲੋਂ ਕਾਬੂ ਆ ਗਏ ਨੇ, ਬੜੀ ਚੰਗੀ ਕਾਰਗੁਜ਼ਾਰੀ। ਬਾਕੀ ਜਿੰਨੇ ਵੀ ਜਿਤਨਾ ਜਗ੍ਹਾ 'ਤੇ ਵਾਰਦਾਤਾਂ ਹੋ ਗਈ ਤੀ, ਅਸੀਂ ਉਹਨਾਂ ਦਾ SSP ਨੂੰ ਸੰਪਰਕ ਕਰਾਂਗੇ, ਫਿਰ ਅਸੀਂ ਉਹਨਾਂ ਨੂੰ ਇਨਫੋਰਮੇਸ਼ਨ ਸ਼ੇਅਰ ਕਰਾਂਗੇ। ਹੁਣ ਇਹਨਾਂ ਦਾ 4 ਤੋਂ ਇਲਾਵਾ ਸਾਡੇ ਕੋਲ 1-2 ਦੋਸ਼ੀ ਰਹਿ ਗਏ ਨੇ। ਉਹਨਾਂ ਨੇ ਜਿਹੜੇ ਮੋਟਰਸਾਈਕਲ ਦਾ ਨੰਬਰ ਬਣਾਉਣਾ, ਉਹਦੇ ਵਾਸਤੇ ਇਹਨਾਂ ਨੂੰ ਮਦਦ ਕਰਦੇ ਨੇ, ਉਹ ਫਿਰ ਅਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਪਕੜਾ ਦੇਵਾਂਗੇ। ਹੁਸ਼ਿਆਰਪੁਰ ਤੋਂ ਯੋਗੇਸ਼ ਬਹਿਲ ਦੀ ਰਿਪੋਰਟ, ਪੰਜਾਬ ਟੂਡੇ।